अज के दिन साहब श्री गुरु अंगद देव जी महाराज जी ने जो कि लैणे तो गुरु अंगद साहब बने हैं मत्ते की सरां विखे अवतार धारिया। गुरु साहब जी ने मानवता वास्ते जो कार्य किए हैं उन्हों का असी साढ़ा एक कई जन्म लैके भी वाल वाल असी उन्होंने कुरबान जाइए तो भी उन्हों का दिन नहीं दे सकते। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਜੋ ਕਿ ਲੈਣੇ ਤੋਂ ਗੁਰੂ ਅੰਗਦ ਸਾਹਿਬ ਬਣੇ ਹਨ ਮੱਤੇ ਕੀ ਸਰਾਂ ਵਿਖੇ ਅਵਤਾਰ ਧਾਰਿਆ। ਦੇਸ਼ ਵਿਦੇਸ਼ ਦੀਆਂ ਸਭ ਸੰਗਤਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਿਹਾੜੇ ਦੀਆਂ ਕੋਟਾਨ ਕੋਟ ਅਰਬਾਂ ਖਰਬਾਂ ਲੱਖ ਲੱਖ ਵਧਾਈਆਂ ਹੋਣ ਜੀ। ਗੁਰੂ ਸਾਹਿਬ ਜੀ ਨੇ ਮਾਨਵਤਾ ਵਾਸਤੇ ਜੋ ਕਾਰਜ ਕੀਤੇ ਹਨ ਉਹਨਾਂ ਦਾ ਅਸੀਂ ਸਾਡਾ ਇੱਕ ਕਈ ਜਨਮ ਲੈ ਕੇ ਵੀ ਵਾਲ ਵਾਲ ਅਸੀਂ ਉਹਨਾਂ ਤੋਂ ਕੁਰਬਾਨ ਜਾਈਏ ਤਾਂ ਵੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਦੁਨਿਆਵੀ ਵਾਸਤੇ ਮਨੁੱਖਤਾ ਵਾਸਤੇ ਜੋ ਉਹਨਾਂ ਨੇ ਕਾਰਜ ਕੀਤੇ ਹਨ ਸਦਾ ਹੀ ਯਾਦ ਕਰਨ ਯੋਗ ਹਨ। ਉਹ ਸਤਿਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚ ਉਦੋਂ ਭਾਈ ਲਹਿਣਾ ਜੀ ਸਨ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਕਿ ਤੁਸੀਂ ਲੈਣਾ ਅਤੇ ਮੈਂ ਦੇਣਾ ਹੈ ਅਤੇ ਉਹਨਾਂ ਦੀ ਸੇਵਾ ਤੋਂ ਸੇਵਾ ਦੀ ਮਹਾਨਤਾ ਸਿੱਖ ਧਰਮ ਦੇ ਵਿੱਚ ਬਹੁਤ ਜ਼ਿਆਦਾ ਹੈ। ਉਹਨਾਂ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਆਪਣਾ ਅੰਗ ਬਣਾ ਲਿਆ, ਅੰਗ ਦੇਵ ਜੀ ਬਣਾ ਲਿਆ। ਅੱਜ ਉਹਨਾਂ ਦਾ ਪਾਵਨ ਦਿਹਾੜਾ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਹਾਂਜੀ, ਅੱਜ ਦੇ ਦਿਨ ਉਹਨਾਂ ਦੀ ਖੁਸ਼ੀ ਦੇ ਮੌਕੇ ਹਰਿਮੰਦਰ ਸਾਹਿਬ ਵਿਖੇ ਜਦੋਂ ਵੀ ਕਿਸੇ ਗੁਰੂ ਸਾਹਿਬ ਜੀ ਦਾ ਅਵਤਾਰ ਪੁਰਬ ਹੁੰਦਾ ਹੈ ਉਹਨਾਂ ਦੀ ਖੁਸ਼ੀ ਦੇ ਵਿੱਚ ਇੱਥੇ ਦੀਪਮਾਲਾ ਅਸ਼ਟਪਦੀ ਜੋ ਵੀ ਖੁਸ਼ੀਆਂ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਕੀਰਤਨ ਅਰਦਾਸਾਂ ਆਰੰਭ ਹੋ ਜਾਂਦੀਆਂ ਅਤੇ ਸਭ ਸੰਗਤਾਂ ਖੁਸ਼ੀਆਂ ਦੇ ਨਾਲ ਸਤਿਗੁਰਾਂ ਦੀ ਚਰਨ ਛੂਹ ਪ੍ਰਾਪਤ ਕਰਕੇ ਇਸ ਉਹਨਾਂ ਦਾ ਬਹੁਤ ਹੀ ਪਸੰਦ ਹੁੰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥਾਪਿਆ ਲੈਣਾ ਜੀ ਦੇ ਗੁਰਿਆ ਸਿਰ ਛਤਰ ਫਰਾਇਆ ਜੋਤੀ ਜੋਤ ਫਰਾਏ ਗਏ ਸਤਿਗੁਰ ਨਾਨਕ ਰੂਪ ਪਟਾਇਆ ਜਗ ਜੀਤੋ ਗੁਰਦੁਆਰ ਖੇਲੇ ਸਮਤ ਸਾਫ ਰਾਵਟ ਹਨੁਮਾਨ ਲਿਵ ਰੱਖਣ ਕਰ ਕਹੋ ਕੀਰਤ ਕਲ ਸਾਰ ਸ਼ਬਦ ਦੀਪ ਪੰਜਾਰ ਲੈਣਾ ਜਗਤ ਤ੍ਰਿਗੁਰ ਲੈਣਾ। ਗੁਰੂ ਨਾਨਕ ਸਾਹਿਬ ਨੇ ਆਪਣਾ ਰੂਪ ਦਿੱਤਾ ਉਹੀ ਰੂਪ ਸੀ। ਨਤਮਸਤਕ ਹੋਣ ਆਏ ਕੀ ਅਰਦਾਸ ਬੇਨਤੀ ਕੀਤੀ? ਬਸ ਮਹਾਰਾਜ ਸਰਬੰਧ ਭਲਾ ਕਰੋ ਸਭ ਦਾ ਜੋ ਆਵੇ ਸੋ ਰਾਜੀ ਆ। ਸਿੱਖ ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ? ਬਸ ਇਹੋ ਹੀ ਹੈ ਕਿ ਗੁਰੂ ਦੇ ਘਰ ਨਾਲ ਲੱਗੋ, ਵਾਹਿਗੁਰੂ ਬੋਲੋ, ਮਹਾਰਾਜ ਦੇ ਨਾਮ ਸੁਣੋ। ਔਖਾ ਸਮਾਂ ਆ ਰਿਹਾ, ਬਹੁਤ ਔਖਾ ਸਮਾਂ ਆ ਰਿਹਾ, ਵਾਹਿਗੁਰੂ ਬੋਲੋ। ਇਹੋ ਹੀ ਹਾਲ ਹੈ।